ਲੈ ਜੀ ਆਪਣੀਆਂ ਜਿਹੜੀਆਂ ਹਰੀ ਕਿਆਲੀਆਂ ਦੋਵੇਂ ਨਹਿਰਾਂ ਬੰਦ ਪਈਆਂ ਜੀ ਤੁਸੀਂ ਸੀ ਐਮ ਆਏ ਕਾਹਤੋਂ ਪਈਆਂ ਜੀ 18000 ਕਿਉਸਕ ਤੋਂ ਵੱਧ ਆਪਾਂ ਰਸਤਾ ਨੂੰ ਦੇ ਨਹੀਂ ਸਕਦੇ ਨਹੀਂ ਹੁਣ ਪੰਤਾ ਜੀ ਹੁਣ ਮਤਲਬ ਆਪਾਂ ਆਪਾਂ ਇੱਕ ਮਿੰਟ ਆਪਾਂ ਤਾਂ ਆਪਣੇ ਅੱਜ ਘਰੇ ਆਈ ਆ ਮੇਰੇ ਆਰਾਮ ਨਾਲ ਵੀਰ ਗੱਲ ਆਰਾਮ ਨਾਲ ਕੱਲ ਵਾਲਾ ਮੇਰਾ ਬਿਆਨ ਸੁਣੇ ਹਾਂਜੀ ਕਿ ਹੁਣ ਕਿਉਂ ਨਹੀਂ ਹਰਿਆਣਾ ਪਾਣੀ ਮੰਗਦਾ ਸਹੀ ਗੱਲ ਆ ਹੁਣ ਕਿਉਂ ਨਹੀਂ ਰਸਤਨ ਪਾਣੀ ਮੰਗਦਾ ਹੁਣ ਕਿਉਂ ਨਹੀਂ ਹਿਮਾਚਲ ਸੈਸ ਲਾਉਂਦਾ ਕਿ ਅਸੀਂ ਜਿਹੜਾ ਪਾਣੀ ਆਊਗਾ ਸੈਸ ਲਾਵਾਂਗੇ ਲਾਓ ਸੈਸ ਬਿਲਕੁਲ ਠੀਕ ਨੂੰ ਰੱਖਿਆ ਮੈਂ ਤੁਹਾਡੇ ਨਾਲ ਬਿਲਕੁਲ ਠੀਕ ਆ ਨਹੀਂ ਇੱਕ ਮਿੰਟ ਜੀ ਦਾ ਏਰੀਆ ਆਪਣਾ ਮਰ ਗਿਆ ਠੀਕ ਆ ਇੱਕ ਮਿੰਟ ਜੀ ਆ ਠੀਕ ਆ ਆਪਾਂ ਵੇਖ ਲੋ ਬਸ ਜਾ ਕੇ ਵੇਖੋ ਨੀਵੇਂ ਥੱਲੇ ਜਾ ਕੇ ਗਾ ਪਿੰਡਾਂ ਵਾਲੇ ਪੱਧਰ ਤੇ ਖਤਮ ਹੋਇਆ ਪਿਆ ਸਭ ਕੁਝ ਜੀ ਮੈਂ ਹੈਗਾ ਮੈਂ ਪਿੰਡ ਵਾਲੇ ਪੱਧਰ ਤੋਂ ਹਾਂ ਹਲੋ ਜੀ ਦੇਖੋ ਜੀ ਸੀਐਮ ਸਾਹਿਬ ਦੇਖੋ ਤੇ ਤੇਰੇ ਪੈਰ ਹਜੇ ਸਾਡੇ ਵਰਗੇ ਨੇ ਸਾਡੇ ਮੈਂ ਪਿੰਡਾਂ ਨਹੀਂ ਆ ਮੈਨੂੰ ਪਿੰਡ ਦਾ ਬਿਲਕੁਲ ਠੀਕ ਆ ਸਹੀ ਆ ਬਿਲਕੁਲ ਠੀਕ ਆ ਮੈਂ ਸਮਝ ਗਿਆ ਜੀ ਮੇਰੇ ਵਾਲਾ ਸੋ ਮੈਨੂੰ ਬੋਲ ਲੈਣ अपनी मुश्किल दसीए जे मेरे बोलने तो बाद कोई सवाल रह गया भरा मेरे पहला कदे इना मुख्यमंत्री नहीं लगा नहीं लगा ਕਾਗਰ ਆਸੋ ਜਦੋਂ ਕੰਮ ਸਰੀ ਗੱਲ ਤਾਂ ਮੈਨੂੰ ਨਾ ਸੁਣਨਾ ਜਦੋਂ ਨਾਮ ਹੈ ਅਸੀਂ